10 ਦਿਨਾਂ ਬਾਅਦ ਨੌਜਵਾਨ ਨੇ ਅਮਰੀਕਾ ਜਾਣਾ ਸੀ। ਮਾਂ ਨੇ ਘਰੋਂ ਜੇਬ ਦੇ ਵਿੱਚ ਡਾਲਰ ਭਰ ਕੇ ਘਰੋਂ ਤੋਰਿਆ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਮੁੰਡਾ ਘਰ ਵਾਪਸ ਨਹੀਂ ਆਵੇਗਾ। ਤਾਂ 19 ਸਾਲਾਂ ਦਾ ਨਿਖਲ ਜਿਸ ਦੀ ਨਹਿਰ ਨੇੜਿਓਂ ਲਾਸ਼ ਬਰਾਮਦ ਹੋਈ ਹੈ, 10 ਤੋਂ 15 ਦਿਨ ਦੇ ਅੰਦਰ ਅੰਦਰ ਇਸ ਨੇ ਅਮਰੀਕਾ ਜਾਣਾ ਸੀ। ਮਾਪਿਆਂ ਦੇ ਵੱਲੋਂ ਖੁੱਲ੍ਹੇ ਪੈਸੇ ਲਗਾਏ ਗਏ ਸਨ ਨਿਖਲ ਦੇ ਭਵਿੱਖ 'ਤੇ, ਕਿਉਂਕਿ ਨਿਖਲ ਨੇ ਏਜੰਟ ਰਾਹੀਂ ਬਾਹਰ ਜਾਣਾ ਸੀ। ਏਜੰਟ ਨੂੰ ਵੀ ਪੈਸੇ ਦੇ ਚੁੱਕੇ ਸਨ ਸਾਰੇ, ਅਤੇ ਜੇਬ ਦੇ ਵਿੱਚ ਨਿਖਲ $1200 ਲੈ ਕੇ ਘਰੋਂ ਨਿਕਲਿਆ। ਉਸਦਾ ਇਹ ਕਹਿਣਾ ਸੀ ਕਿ ਉਹ ਗੁਰੂ ਘਰ ਮੱਥਾ ਟੇਕ ਕੇ ਆ ਰਿਹਾ ਹੈ, ਸ਼ੁਕਰਾਨਾ ਕਰਕੇ ਆ ਰਿਹਾ ਹੈ, ਕਿਉਂਕਿ ਆਖਿਰਕਾਰ ਉਸਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ, ਜਿਸ ਕਰਕੇ ਉਹ ਰੱਬ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਸ਼ੁਕਰਾਨਾ ਕਰਨ ਗਿਆ ਨਿਖਲ ਸਿੱਧਾ ਰੱਬ ਕੋਲ ਪਹੁੰਚ ਜਾਵੇਗਾ। ਤਾਂ ਦੱਸ ਦਈਏ ਕਿ ਮਾਮਲਾ ਸਾਹਮਣੇ ਆ ਰਿਹਾ ਹੈ ਕੈਥਲ ਤੋਂ, ਜਿੱਥੇ ਇੱਕ ਨਹਿਰ ਦੇ ਅੰਦਰੋਂ ਇੱਕ ਸ਼ਖਸ ਦੀ ਡੈੱਡ ਬੋਡੀ ਮਿਲੀ ਹੈ। ਦਰਅਸਲ ਇਹ ਸ਼ਖਸ ਦੀ ਪਹਿਚਾਣ 19 ਸਾਲਾਂ ਦੇ ਨਿਖਲ ਨਾਲ ਹੋਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ 10 ਤੋਂ 15 ਦਿਨਾਂ ਤੱਕ ਨਿਖਲ ਨੇ ਅਮਰੀਕਾ ਜਾਣਾ ਸੀ, ਏਜੰਟ ਨੂੰ ਪੈਸੇ ਦੇ ਚੁੱਕਿਆ ਸੀ ਪਰਿਵਾਰ, ਡੌਂਕੀ ਲਗਾ ਕੇ ਜਾਣਾ ਸੀ ਇਸਨੇ ਬਾਹਰ। ਚਾਚੇ ਤਾਇਆਂ ਦੇ ਮੁੰਡੇ ਪਹਿਲਾਂ ਹੀ ਅਮਰੀਕਾ ਦੇ ਵਿੱਚ ਸੈੱਟ ਨੇ, ਕਈ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਕੋਲ ਹੀ ਨਿਖਲ ਨੇ ਜਾਣਾ ਸੀ। ਘਰਦਿਆਂ ਨੂੰ ਇੰਨਾ ਚਾਅ ਸੀ ਮੁੰਡੇ ਦੇ ਬਾਹਰ ਜਾਣ ਦਾ ਕਿ ਮਾਂ ਨੇ ਜੇਬ ਦੇ ਵਿੱਚ $1200 ਪਾ ਕੇ ਤੋਰਿਆ ਘਰੋਂ ਕਿ ਜਾ ਕੇ ਰੱਬ ਦਾ ਸ਼ੁਕਰਾਨਾ ਕਰਕੇ ਆ। ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਨਿਖਲ ਘਰ ਵਾਪਸ ਨਹੀਂ ਮੁੜੇਗਾ। ਜਦ ਨਿਖਲ ਉਸ ਦਿਨ ਫੋਨ ਨਹੀਂ ਚੱਕ ਰਿਹਾ ਸੀ, ਪਰਿਵਾਰ ਪੁਲਿਸ ਕੋਲ ਜਾਂਦਾ ਹੈ, ਪੁਲਿਸ ਛਾਣਬੀਨ ਕਰਦੀ ਹੈ, ਤਾਂ ਕੈਥਲ ਨਹਿਰ ਦੇ ਕੋਲੋਂ ਇੱਕ ਸ਼ਬ ਬਰਾਮਦ ਹੋਇਆ ਜੋ ਕਿ ਨਿਖਲ ਦਾ ਸੀ। ਤਾਂ ਦੱਸ ਦਈਏ ਤੁਹਾਨੂੰ, ਉਸਦੀ ਜੇਬ 'ਚ ਨਾ ਹੀ $1200 ਸੀ ਅਤੇ ਨਾ ਹੀ ਉਸਦਾ ਫੋਨ। ਜਾਂ ਤਾਂ ਇਹ ਲੁੱਟਪਾਟ ਦੀ ਵਾਰਦਾਤ ਹੋ ਸਕਦੀ ਹੈ, ਜਾਂ ਫਿਰ ਇਸ ਪਿੱਛੇ ਮਾਮਲਾ ਕੋਈ ਹੋਰ ਹੈ। ਇਹ ਜਾਂਚ ਦਾ ਵਿਸ਼ਾ ਹੈ। ਆਓ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਜਾਣਦੇ। 10 ਵਜੇ ਗਏ ਇੱਧਰ ਸੇ, ਉਸਕੀ ਮੰਮੀ ਔਰ ਉਸਕੀ ਸਿਸਟਰ, ਤੋ ਉਹ ਟੋਣੇ ਲੱਗੇ ਵੀ ਅਭੀ ਤੱਕ ਆਏ ਨਹੀਂ ਹੈ ਲੜਕਾ। 5 ਵਜੇ ਕੇ ਗਏ ਹੋਇਆ, ਤੋ ਉਹ ਦੇਖਿਆ ਅੱਗੇ ਮੇਰੇ ਮਰੇ ਹੋਇਆ ਪਾਇਆ ਜੀ। ਤੋ ਕਿਆ ਕਾਰਨ ਲੱਗਤਾ ਹੈ ਕਿ ਕੋਈ ਨਸ਼ਾ ਕਰ ਰੱਖਾ ਥਾ ਜਾਂ ਕੋਈ ਚੋਟ ਕਿਸੇ ਨੇ ਮਾਰੀ ਹੈ, ਕਿਆ ਲੱਗਤਾ ਹੈ? ਨਸ਼ਾ ਤੋ ਕਭੀ ਕਰਾ ਨਹੀਂ ਥਾ ਜੀ, ਉਹ ਕਿਸੇ ਨੇ ਦੇ ਦਿਓ, ਇੱਕ ਅਲੱਗ ਬਾਤ ਹੈ ਜੀ। ਚੋਟ ਚਾਟ ਕੇ ਨਿਸ਼ਾਨ ਤੋ ਹੈ ਨਹੀਂ, ਇਤਨੇ ਕਮ ਹੀ ਹੈ। ਤੋ ਅਮਰੀਕਾ ਕਬ ਜਾਣਾ ਥਾ ਉਸਨੇ? ਅਮਰੀਕਾ 5-10 ਦਿਨ ਮੇਂ ਜਾਣਾ ਥਾ ਬਸ, 5-7 ਦਿਨ। ਜੇਬ ਮੇਂ ਡੋਲਰ ਵੀ ਥੇ ਉਸਕੇ? ਹਾਂ, ਡੋਲਰ ਥੇ ਜੀ। ਮਿਲੇ ਹੈ ਡੋਲਰ? ਡੋਲਰ ਨਹੀਂ ਮਿਲੇ, ਨਾ ਮੋਬਾਈਲ ਮਿਲੇ ਜੀ। ਨਾ ਜੀ, ਨਾ ਡੋਲਰ ਮਿਲੇ, ਨਾ ਪੈਸਾ ਮਿਲਿਆ, ਨਾ ਫੋਨ ਮਿਲਿਆ, ਕੁਛ ਨਹੀਂ ਮਿਲਿਆ। ਕਿਤਨੇ ਡੋਲਰ ਥੇ? ਡੋਲਰ ਉਸ ਪਰ ਕਮ ਸੇ ਕਮ 1200 ਰੁਪਏ। ਤੋ ਕਿਆ ਲੱਗਦਾ, ਕਿਆ ਮਾਮਲਾ ਹੋਇਆ ਹੋਗਾ? ਮਾਮਲਾ ਕੋਈ ਪਤਾ ਨਹੀਂ ਲੱਗ ਰਿਹਾ ਜੀ, ਯਹਾਂ ਸੇ ਸਿਰਫ ਯੇ ਕਹਾ ਗਿਆ ਥਾ ਕਿ 5:30 ਵਜੇ ਸੀ ਆਨਾ, ਬੋਲਿਆ ਕਿ ਮੈਂ ਅਭੀ ਆਇਆ ਗੁਰਦੁਆਰੇ ਪੇ ਹੋ ਕੇ, ਗੁਰਦੁਆਰੇ ਪੇ ਤੋ ਵੋ ਵਾਪਸੀ ਨਹੀਂ ਆਇਆ। ਬਸ ਮੈਂ ਮੇਰੇ ਦੁਆਰਾ ਆਨਾ, ਰਿਸ਼ਤੇਦਾਰਾਂ ਕੇ ਜੈਸੇ ਫੋਨ ਆਉਣ ਲੱਗ ਗਿਆ, ਭਾਈ ਕਾ ਫੋਨ ਨਹੀਂ ਆ ਰਿਹਾ, ਭਾਈ ਕਾ ਫੋਨ ਨਹੀਂ ਆ ਰਿਹਾ, ਮੈਨੇ ਯਹਾਂ ਫੋਨ ਮਿਲਿਆ, ਭਾਈ ਫੋਨ ਕਿਉਂ ਨਹੀਂ ਉਠਾ ਰਿਹਾ? ਉਸਕੇ ਬਾਅਦ ਆਨਾ ਫਿਰ ਮੈਂ ਆਨਾ, ਫੋਨ ਵੋ ਫੋਨ ਮਿਲਿਆ, ਫੋਨ ਬੰਦ ਆਉਂਦਾ ਰਿਹਾ, ਫੋਨ ਬੰਦ ਆ ਰਿਹਾ, ਇਸ ਟਾਈਮ ਵੀ ਫੋਨ ਬੰਦ ਆ ਰਿਹਾ, ਇਸ ਟਾਈਮ ਵੀ ਦੇਖੋ ਤਾਂ ਫੋਨ ਬੰਦ ਆ ਰਿਹਾ, ਕਿਆ ਚੱਕਰ ਹੈ, ਕਿਆ ਵਜ੍ਹਾ ਹੈ, ਕਿਆ ਕੋਈ ਮਤਲਬ ਨਹੀਂ ਲੱਗ ਰਿਹਾ ਇਸ ਚੀਜ਼ ਦਾ। ਅਮਰੀਕਾ ਜਾਣਾ ਤਾਂ? ਹਾਂਜੀ ਹਾਂ, ਅਮਰੀਕਾ ਜਾਣਾ ਤਾਂ, ਉਸ ਕਹਿੰਦੇ ਸਿਰਫ ਹਾਂ ਤਾਂ ਮਿਲਣੇ ਕੇ ਲਈ ਆਇਆ ਤਾ। ਹਾਂਜੀ, ਡੋਂਕੀ ਮਾਰ ਦਿਓ। ਪੈਸੇ ਵੀ ਦੇ ਦਿਓ ਜੀ ਸਰ, ਪੈਸੇ ਵੀ ਸਾਰੇ ਜਾ ਰਹੇ ਹਾਂ। ਹਾਂਜੀ, ਤੋ ਅਬ ਕਿਆ ਪੁਲਿਸ ਸੇ ਕਿਆ ਅਪੀਲ ਕਰੇਂਗੇ ਆਪ? ਆਪ ਪੁਲਿਸ ਦੇਖੋ ਕਿਆ ਕਰਤੀ ਹੈ, ਦੇਖੋ ਇਹ ਪੁਲਿਸ ਕੇ ਬਾਰੇ ਮੇਂ ਹੈ ਸਾਰਾ ਸਖੇਲ। ਤੋ ਕੋਈ ਦੁਸ਼ਮਣੀ ਕਿਸੀ ਸੇ? ਕੋਈ ਕਿਸੀ ਸੇ ਕੋਈ ਦੁਸ਼ਮਣੀ ਨਹੀਂ ਹਮਾਰੀ, ਮਾਰੇ ਸੇ ਕੋਈ ਮੁਹੱਲੇ ਮੇਂ ਕੋਈ ਦੁਸ਼ਮਣੀ ਨਹੀਂ ਹੈ। ਤੋ ਕਿਆ ਲੱਗਤਾ ਕਿ ਕੋਈ ਲੁੱਟਪਾਟ ਹੋਈ ਹੈ ਜਾਂ ਵੈਸੇ ਮੌਤ ਹੋਈ ਹੈ? ਵੈਸੇ ਲੁੱਟਪਾਟ ਲਗਾ ਲਓ, ਚਾਹੇ ਮੌਤ ਲਗਾ ਲਓ, ਚਾਹੇ ਕੁਛ ਵੀ ਲਗਾ ਲਓ, ਇਸ ਮੈਂ ਤਾਂ ਮੌਤ ਕਰੀ ਹੈ। ਇਹ ਜਾਣਨਾ ਚਾਹਤੇ ਹੈ ਕਿ ਉਸਕਾ ਫੋਨ ਹੈ ਜੋ ਉਸਕੀ ਡਿਟੇਲ ਨਿਕਲਵਾਈ ਜਾਏ, ਉਸਸੇ ਕੁਛ ਪਤਾ ਲੱਗ ਸਕਤਾ ਹੈ ਜੀ। ਤੋ ਪੈਸੇ ਵੀ ਡੋਲਰ ਵੀ ਥੇ ਉਸਕੇ ਪਾਸ? ਹਾਂ, ਡੋਲਰ ਵੀ ਥੇ ਸਰ, 1200 ਲਗਭਗ ਡੋਲਰ, 1200 ਕੇ ਲਗਭਗ ਡੋਲਰ ਥੇ, ਉਹ ਵੀ ਨਹੀਂ ਮਿਲੇ ਹੈ। ਜੇਬ ਮੇਂ ਕੋਈ ਚੀਜ਼ ਨਹੀਂ ਮਿਲੀ ਹੈ ਜੀ, ਇੱਕ ਟੁੱਟੀ ਹੋਈ ਗੜੀ ਮਿਲੀ ਹੈ ਜੀ ਉਸਕੇ ਪਾਸ। ਤੋ ਕਿਆ ਕਾਰਨ ਲੱਗਤਾ ਹੈ ਆਪਕੋ? ਕਾਰਨ ਕੁਛ ਲੱਗਤਾ ਹੈ, ਕੁਛ ਮਤਲਬ ਸ਼ਾਇਦ ਉਸਕੇ ਸਾਥ ਲੁੱਟਪਾਟ ਹੋਈ ਹੋ, ਐਸਾ ਕੁਛ ਲੱਗ ਰਿਹਾ ਹੈ ਜੀ। ਤੋ ਚਾਹੇਂਗੇ ਪੁਲਿਸ ਜਾਂਚ ਕਰੇ? ਹਾਂ, ਪੁਲਿਸ ਜਾਂਚ ਕਰੇ, ਪੂਰੀ ਨਿਸ਼ਪਕਸ਼ ਜਾਂਚ ਕਰੇ ਜੀ, ਤਭੀ ਕੁਛ ਪਤਾ ਲੱਗੇਗਾ ਜੀ। ਅਮਰੀਕਾ ਕਬ ਜਾਣਾ ਥਾ ਉਸਨੇ? ਅਭੀ 10-15 ਦਿਨ ਤੱਕ ਅਮਰੀਕਾ ਜਾਣਾ ਥਾ ਜੀ।